ਮੁੱਖਮੰਤਰੀ ਦੀ ਹੋਈ ਮੀਟਿੰਗ, ਗੰਨੇ ਦਾ ਰੇਟ ਵਧਾਉਣ ਲਈ ਬਣੀ ਸਹਿਮਤੀ, ਜਲੰਧਰ ਹਾਈਵੇ ਤੇ ਕਿਸਾਨਾਂ ਦਾ ਧਰਨਾ ਖਤਮ। ਕਿਸਾਨ ਆਗੂ ਰਾਜੇਵਾਲ ਨੇ ਇਸ ਨੂੰ ਦੱਸਿਆ ਕਿਸਾਨਾਂ ਦੀ ਜਿੱਤ ਅਤੇ ਪੰਜਾਬ ਸਰਕਾਰ ਦਾ ਕੀਤਾ ਧੰਨਵਾਦ। ਕਾਂਗਰਸ ਵਿੱਚ ਉੱਥੇ ਬਗਾਵਤੀ ਸੁਰ, ਮੁੱਖ ਮੰਤਰੀ ਕੈਪਟਨ ਦੀ ਜਗ੍ਹਾ ਨਵਾਂ ਚਿਹਰਾ ਲਿਆਉਣ ਦੀ ਮੰਗ। ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਚੋਣਾਂ ਵੇਲੇ ਸੂਬੇ ਦੀ ਜਨਤਾ ਨਾਲ ਕੀਤੇ ਵਾਅਦਿਆਂ ਵਿੱਚੋਂ ਬਹੁਤ ਸਾਰੇ ਵਾਅਦੇ ਪੂਰੇ ਨਹੀਂ ਕਰ ਪਾਈ ਕੈਪਟਨ। ਕਾਂਗਰਸ ਵਿੱਚ ਛਿੜੇ ਨਵੇਂ ਕਲੇਸ਼ ਨੂੰ ਲੈ ਕੇ ਪੱਖੀ ਸਿਆਸਤ, ਵਿਰੋਧੀ ਧਿਰਾਂ ਦੇ ਸੁਰ ਹੋਏ ਉੱਚੇ, ਭਾਜਪਾ ਆਮ ਆਦਮੀ ਪਾਰਟੀ ਨੇ ਕੀਤੇ ਸਵਾਲ। ਸਤਿ ਸ਼੍ਰੀ ਅਕਾਲ, ਦੈਨਿਕ ਸਵੇਰਾ 'ਚ ਤੁਹਾਡਾ ਸਵਾਗਤ ਹੈ। ਮੈਂ ਭਾਵਨਾ, ਖਬਰਾਂ ਦੀ ਸ਼ੁਰੂਆਤ ਕਰਦੇ ਇਸ ਖਬਰ ਤੋਂ। ਕਿਸਾਨਾਂ ਦੀ ਮੁੱਖ ਮੰਤਰੀ ਨਾਲ ਅੱਜ ਹੋਈ ਮੀਟਿੰਗ ਦੌਰਾਨ ਗੰਨੇ ਦਾ ਰੇਟ ਵਧਾਉਣ ਲਈ ਸਹਿਮਤੀ ਹੋ ਗਈ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਕਿਸਾਨ ਯੂਨੀਅਨ ਦੇ ਵਿਚਕਾਰ ਸਮਝੌਤਾ ਹੋ ਗਿਆ ਹੈ। ਸਰਕਾਰ ਕਿਸਾਨਾਂ ਲਈ ਗੰਨੇ ਦੀਆਂ ਕੀਮਤਾਂ ਦਾ ਰੇਟ 360 ਰੁਪਏ ਪ੍ਰਤੀ ਕੁਇੰਟਲ ਕਰਨ ਲਈ ਸਹਿਮਤ ਹੋ ਗਈ ਹੈ। ਹੁਣ ਕਿਸਾਨ ਯੂਨੀਅਨ ਜਲੰਧਰ ਹਾਈਵੇ ਤੇ ਰੇਲਵੇ ਟਰੈਕ ਤੋਂ ਧਰਨਾ ਚੁੱਕਣ ਲਈ ਤਿਆਰ ਹੋ ਗਏ ਨੇ। ਦੱਸਦੇ ਕਿ ਕਿਸਾਨਾਂ ਵੱਲੋਂ 400 ਰੁਪਏ ਪ੍ਰਤੀ ਕੁਇੰਟਲ ਗੰਨੇ ਦਾ ਭਾਅ ਮੰਗਿਆ ਜਾ ਰਿਹਾ ਸੀ, ਜਦਕਿ ਸਰਕਾਰ ਵੱਲੋਂ 35 ਰੁਪਏ ਵਧਾ ਕੇ 360 ਰੁਪਏ ਪ੍ਰਤੀ ਕੁਇੰਟਲ ਭਾਅ ਕਰ ਦਿੱਤਾ ਗਿਆ। ਨਵਜੋਤ ਸਿੰਘ ਸਿੱਧੂ ਵੱਲੋਂ ਵੀ ਗੰਨੇ ਦੇ ਭਾਅ ਦੇ ਸੰਬੰਧ ਵਿੱਚ ਸਰਕਾਰ ਨੂੰ ਅਪੀਲ ਕੀਤੀ ਗਈ ਸੀ ਕਿ ਜਿਸ ਤੋਂ ਬਾਅਦ ਅੱਜ ਸਰਕਾਰ ਅਤੇ ਕਿਸਾਨ ਯੂਨੀਅਨ ਵਿਚਕਾਰ ਗੰਨੇ ਦੀਆਂ ਕੀਮਤਾਂ ਨੂੰ ਲੈ ਕੇ ਸਮਝੌਤਾ ਹੋਇਆ ਹੈ। ਕਿਸਾਨ ਯੂਨੀਅਨ ਵੱਲੋਂ ਜਲੰਧਰ ਹਾਈਵੇ ਅਤੇ ਰੇਲਵੇ ਟਰੈਕ ਤੋਂ ਧਰਨਾ ਚੁੱਕ ਲਿਆ ਗਿਆ ਹੈ। 2 ਦਿਨ ਤੋਂ ਫਗਵਾੜਾ, ਜਲੰਧਰ, ਗੁਰਦਾਸਪੁਰ ਵਗੈਰਾ ਵਿੱਚ ਸਾਡੇ ਜਿਹੜੇ ਗੰਨੇ ਦੇ ਕਿਸਾਨ ਨੇ, ਗੰਨਾ ਬੀਜਦੇ ਨੇ, ਉਹਨਾਂ ਨੇ ਧਰਨਾ ਰੱਖਿਆ ਹੋਇਆ ਸੀ ਸੜਕਾਂ ਦੇ ਉੱਪਰ, ਤਾਂ ਕਿ ਉਹਨਾਂ ਨੂੰ ਸਮਝਦੇ ਸੀ ਕਿ ਜਿੰਨੀ ਕੀਮਤ ਗੰਨੇ ਦੀ ਅਨਾਊਂਸ ਹੋਈ ਹੈ ਉਹਦੇ ਨਾਲ ਉਹਨਾਂ ਦਾ ਭੁਗਤਾ ਨਹੀਂ। ਅਤੇ ਅੱਜ ਉਹਨਾਂ ਦਾ ਡੈਲੀਗੇਸ਼ਨ ਇੱਕ ਆਇਆ ਸੀ, ਰਾਜੇਵਾਲ ਸਾਹਿਬ ਲੈ ਕੇ ਆਏ ਸੀ, ਅਤੇ ਉਹਨਾਂ ਦੇ ਨਾਲ ਗੱਲਬਾਤ ਹੋਈ। ਮੈਂ ਇਹਦੇ ਨਾਲ ਉਹਨਾਂ ਦੇ ਮੇਰੇ ਸਾਥੀ ਵੀ ਮੇਰੇ ਨਾਲ ਸੀ ਆਪਣੀ ਪਾਰਟੀ ਦੇ, ਔਰ ਸਾਰਿਆਂ ਦੀ ਇਹੀ ਸਹਿਮਤੀ ਸੀ ਕਿ ਜੋ ਇਹ ਕਹਿ ਰਹੇ ਨੇ ਕਿਸਾਨ ਉਹ ਠੀਕ ਹੈ, ਉਹਨਾਂ ਦੀ ਕੀਮਤ ਵਧਣੀ ਚਾਹੀਦੀ ਹੈ। ਔਰ ਹਰਿਆਣੇ ਨੇ ਦਿੱਤਾ ਸੀ 358 ਰੁਪਏ, ਅਸੀਂ 360 ਰੁਪਏ। ਇਸ ਨਾਲ ਹੀ ਅਗਲੀ ਖਬਰ ਵੱਲ ਵੱਧਦੇ ਹਾਂ। ਉੱਥੇ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਇਸ ਨੂੰ ਕਿਸਾਨਾਂ ਦੀ ਜਿੱਤ ਦੱਸਿਆ ਅਤੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ। ਉਹਨਾਂ ਨੇ ਕਿਹਾ ਕਿ ਦਿੱਲੀ ਮੋਰਚੇ ਦੀ ਜਿੱਤ ਹੈ। ਉਹਨਾਂ ਨੇ ਅਪੀਲ ਕੀਤੀ ਕਿ ਹੁਣ ਦਿੱਲੀ ਮੋਰਚੇ ਵਿੱਚ ਵੱਧ ਤੋਂ ਵੱਧ ਕਿਸਾਨ ਪਹੁੰਚਣ। ਦੇਖੋ ਜੀ, ਗੰਨੇ ਦਾ ਭਾਅ 310 ਰੁਪਏ ਸੀ, ਅੱਜ ਦੇ ਫੈਸਲੇ ਨਾਲ ਇਹ 360 ਰੁਪਏ ਕੁਇੰਟਲ ਹੋ ਗਿਆ। ਇਹ ਦੇਸ਼ ਦੇ ਇਤਿਹਾਸ ਵਿੱਚ ਐਡੀ ਵੱਡੀ ਇਨਕਰੀਜ਼ ਇਹ ਸਭ ਤੋਂ ਪਹਿਲੀ ਵਾਰੀ ਹੋਈ ਹੈ, ਇਹ ਰਿਕਾਰਡ ਇਨਕਰੀਜ਼ ਹੈ, ਇਹ ਪੰਜਾਬ ਦੇ ਕਿਸਾਨਾਂ ਦੀ ਜਿੱਤ ਹੈ। ਔਰ ਮੈਂ ਧੰਨਵਾਦੀ ਹਾਂ ਸਰਕਾਰ ਦਾ ਜਿਹਨੇ ਦਲੇਰੀ ਨਾਲ ਐਡਾ ਵੱਡਾ ਕਦਮ ਵੀ ਚੁੱਕਿਆ। 400 ਰੁਪਏ ਦੀ ਮੰਗ ਹਰਿਆਣੇ ਤੋਂ 20-2 ਰੁਪਏ ਵੱਧ ਹੈ। ਮੰਗ ਤਾਂ ਹੁੰਦੀ ਹੈ, ਪਰ ਉਹਦੇ ਬਾਅਦ ਜਦੋਂ ਡਿਬੇਟ ਕਰਦੇ ਹਾਂ, ਡਿਸਕਸ਼ਨ ਮੁਕਾਉਣਾ ਵੀ ਹੁੰਦਾ ਕਿਤੇ ਮੋਰਚੇ ਨੂੰ, ਉਹ ਅਸੀਂ 360 'ਤੇ ਫੈਸਲਾ ਕਰ ਲਿਆ। ਦਿੱਲੀ ਮੋਰਚੇ ਦੀ ਫਤਿਹ ਤੂੰ ਮੰਨ ਸਕਦੇ ਹੋ ਕਿ ਉਹਦੇ ਕੋਲ ਸਾਰੀ SKM ਦੀ ਫਤਿਹ ਹੈ, SKM ਦੀ ਚੜ੍ਹਾਈ ਹੈ, SKM ਦਾ ਨੁਸੇਰਾ ਜਾਂਦਾ ਹੈ। ਅੱਛਾ ਰਾਜੇਵਾਲ ਸਾਹਿਬ, ਇੱਕ ਜਿਹੜਾ ਧਰਨੇ ਨੂੰ ਲੈ ਕੇ ਇੱਕ ਸਵਾਲ ਹੈਗਾ ਕਿ ਧਰਨਾ ਹੁਣ ਜਿਹੜਾ ਚੱਲ ਰਿਹਾ ਸੀ ਖਤਮ ਹੋ ਗਿਆ? ਹਾਂ, ਜਿਹੜਾ ਜਲੰਧਰ ਵਾਲਾ ਧਰਨਾ ਉਹ ਅੱਜ ਤੋਂ ਖਤਮ ਹੋ ਗਿਆ, ਅਤੇ ਦਿੱਲੀ ਵਾਲਾ ਇਸੇ ਤਰ੍ਹਾਂ ਚੱਲੂ। ਸਾਰੇ ਕਿਸਾਨਾਂ ਨੂੰ ਅਪੀਲ ਕਰਦੇ ਹਾਂ ਵੀ ਵੱਧ ਤੋਂ ਵੱਧ ਦਿੱਲੀ ਪਹੁੰਚੋ। ਹੁਣ ਪੰਜਾਬ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਕਾਂਗਰਸ ਪਾਰਟੀ ਵਿੱਚ ਬਗਾਵਤ ਸ਼ੁਰੂ ਹੋ ਗਈ ਹੈ, ਜਿਸਦੇ ਚੱਲਦੇ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੇ ਘਰ ਕਈ ਮੰਤਰੀ ਅਤੇ ਵਿਧਾਇਕਾਂ ਦਾ ਇਕੱਠ ਹੋਇਆ, ਜਿਨ੍ਹਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਪੰਜਾਬ ਵਿੱਚ ਮੁੱਖ ਮੰਤਰੀ ਕੈਪਟਨ ਦੀ ਜਗ੍ਹਾ ਨਵਾਂ ਚਿਹਰਾ ਲਿਆਂਦਾ ਜਾਵੇ। ਇਸ ਲਈ 5 ਮੈਂਬਰੀ ਕਮੇਟੀ ਦਿੱਲੀ ਹਾਈ ਕਮਾਨ ਨੂੰ ਮਿਲਣ ਲਈ ਜਾ ਰਹੀ ਹੈ, ਜਿਸ ਤੇ ਤ੍ਰਿਪਤ ਬਾਜਵਾ ਨੇ ਸਾਫ਼ ਸ਼ਬਦਾਂ ਵਿੱਚ ਕਿਹਾ ਕਿ ਮੁੱਖ ਮੰਤਰੀ ਬਦਲਣ ਦੀ ਜ਼ਰੂਰਤ ਹੈ, ਨਹੀਂ ਤਾਂ ਪੰਜਾਬ ਵਿੱਚ ਕਾਂਗਰਸ ਨਹੀਂ ਬਚੇਗੀ। ਉਹਨਾਂ ਨੇ ਕਿਹਾ ਕਿ ਉਹ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਮਿਲਣ ਜਾ ਰਹੇ ਨੇ, ਉਹੀ ਫੈਸਲਾ ਕਰਨਗੇ ਕਿ ਨਵਾਂ ਮੁੱਖ ਮੰਤਰੀ ਚਿਹਰਾ ਕੌਣ ਹੋਵੇਗਾ, ਪਰ ਉਹਨਾਂ ਨੂੰ ਮੁੱਖ ਮੰਤਰੀ ਕੈਪਟਨ 'ਤੇ ਭਰੋਸਾ ਨਹੀਂ ਰਿਹਾ। ਮੇਰੀ ਰਾਏ ਆ, ਸਭ ਕੀ ਰਾਏ ਹੈ, ਸਭ ਕੁਛ ਸੀਐਮ ਸਾਹਿਬ ਕੋ ਰਿਪਲੇਸ ਹੋਣਾ ਚਾਹੀਏ, ਨਹੀਂ ਤਾਂ ਕਾਂਗਰਸ ਨਹੀਂ ਬਚੇਗੀ। ਤੋ ਸਰ ਕੌਣ ਹੋਗਾ ਸੀਐਮ ਫੇਸ ਪੇ? ਸੋਨੀਆ ਗਾਂਧੀ ਸਾਹਿਬ ਮਿਲਨੇ ਜਾ ਰਹੇ ਹੈ, ਇਸ ਵਿਸ਼ੇ ਪੇ ਬਾਤ ਕਰੇਂਗੇ। ਅਭੀ ਕਿਤਨੇ ਵਿਧਾਇਕ ਆਪਕੇ ਸਾਥ ਹੈ? ਜੋ ਨੰਬਰ ਛੋੜੋ, ਜਬ ਦਿੱਲੀ ਪਹੁੰਚੇਗਾ ਆਪਕੋ ਪਤਾ ਚੱਲ ਜਾਏਗਾ, ਜਾਂ ਹਾਈ ਕਮਾਂਡ ਸਰ ਆਏਗਾ ਤਾਂ ਪਤਾ ਚੱਲ ਜਾਏਗਾ। ਹਾਂ ਹਾਂ ਜੀ, ਨਿਕਲੇਂਗੇ। ਅੱਛਾ ਬਾਜਵਾ ਸਾਹਿਬ, ਫਿਰ ਸੀਐਮ ਫੇਸ ਕੌਣ ਹੈ ਇਸਕੇ ਬਾਅਦ? ਇਹ ਹਾਈ ਕਮਾਂਡ ਕਾ ਫੈਸਲਾ ਹੋਤਾ ਹੈ ਮੇਰਾ ਨਹੀਂ, ਲੇਕਿਨ ਇਹ ਸੀਐਮ ਕਬੂਲ ਨਹੀਂ ਆਪ ਲੋਗੋਂ ਕੋ? ਇਸ ਨਾਲ ਅਗਲੀ ਖਬਰ ਵੱਲ ਵੱਧਦੇ ਹਾਂ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿਰੁੱਧ ਬਗਾਵਤ ਇੱਕ ਵਾਰ ਫਿਰ ਸਾਹਮਣੇ ਆਈ ਹੈ। ਕਾਂਗਰਸੀ ਵਿਧਾਇਕਾਂ ਦੇ ਨਾਲ ਨਾਲ ਕੁਝ ਕੈਬਨਿਟ ਮੰਤਰੀਆਂ ਨੇ ਵੀ ਕੈਪਟਨ ਵਿਰੁੱਧ ਮੋਰਚਾ ਖੋਲ ਦਿੱਤਾ ਹੈ।
ਇਹ ਸਾਰੇ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾਉਣ ਦੀ ਮੰਗ ਕਰ ਰਹੇ ਨੇ। ਇਸ ਦੇ ਨਾਲ ਹੀ ਭਾਰਤੀ ਜਨਤਾ ਪਾਰਟੀ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਗ ਨੇ ਵੀ ਇਸ ਬਗਾਵਤ ਤੇ ਚੁਟਕੀ ਲਈ ਹੈ। ਚੁੱਗ ਨੇ ਕਿਹਾ ਕਿ ਕਾਂਗਰਸੀ ਆਗੂ ਮੁੱਖ ਮੰਤਰੀ ਬਦਲਣ ਦੀ ਗੱਲ ਕਹਿ ਰਹੇ ਨੇ, ਪਰ ਪੰਜਾਬ ਦੇ ਲੋਕ ਕਾਂਗਰਸ ਨੂੰ ਹੀ ਬਦਲਣਾ ਚਾਹੁੰਦੇ ਨੇ। ਇਹ ਕੁਰਸੀ ਦੀ ਲੜਾਈ ਹੈ, ਉਹਨਾਂ ਦਾ ਪੰਜਾਬ ਦੇ ਲੋਕਾਂ ਨਾਲ ਕੋਈ ਲੈਣਾ ਦੇਣਾ ਨਹੀਂ। ਐਂਟੀ ਇਨਕੰਬੈਂਸੀ ਕਾਂਗਰਸ ਦੇ ਖਿਲਾਫ ਹੈ। ਇੱਕ ਵੀ ਵਾਅਦਾ, ਚਾਹੇ ਉਹ 90,000 ਕਰੋੜ ਦਾ ਇੱਕ ਕਰਜ਼ੇ ਦੀ ਮਾਫ਼ੀ ਦਾ ਹੋਵੇ, ਚਾਹੇ ਡਰੱਗ ਮਾਫ਼ੀਆ, ਟਰਾਂਸਪੋਰਟ ਮਾਫ਼ੀਆ, ਨਕਲੀ ਸ਼ਰਾਬ ਮਾਫ਼ੀਆ, ਨੰਬਰ ਆਫ ਮਾਫ਼ੀਆਸ ਤੋਂ ਮੁਕਤੀ ਦਿਲਾਉਣ ਦੀ ਗੱਲ ਹੋਵੇ, ਅਤੇ ਚਾਹੇ 60 ਲੱਖ ਨੌਕਰੀਆਂ ਦੀ ਗੱਲ ਹੋਵੇ, ਮੋਬਾਈਲ ਦੀ ਗੱਲ ਹੋਵੇ, ਕਿਤੇ ਵੀ ਕਾਂਗਰਸ ਦੀ ਸਰਕਾਰ ਪਰਫੋਰਮ ਨਹੀਂ ਕਰ ਪਾਈ। ਔਰ ਵਿੱਚ ਸੁੱਖੀ ਰੰਧਾਵਾ ਕਹਿਣ ਕਿ ਮੈਂ ਸਰਕਾਰੀਆ ਕਹਿਣ ਮੈਂ ਜਾਂ ਚੰਨੀ ਸਾਹਿਬ ਕਹਿਣ ਮੈਂ, ਸਾਰੇ ਮਿਨਿਸਟਰ ਨੇ ਆਪਣੇ ਆਪਣੇ ਡਿਪਾਰਟਮੈਂਟ ਦੀ ਪਰਫੋਰਮੈਂਸ ਦੱਸਣ, ਜ਼ੀਰੋ ਪਰਫੋਰਮੈਂਸ ਹੈ। ਇਹ ਨਵਜੋਤ ਸਿੰਘ ਸਿੱਧੂ ਅੱਜ ਬਿਜਲੀ ਦੇ ਉੱਤੇ ਪ੍ਰੈਸ ਰਿਲੀਜ਼ ਕਰ ਰਹੇ, ਮੈਂ ਪੁੱਛਣਾ ਚਾਹੁੰਦਾ ਸਿੱਧੂ ਸਾਹਿਬ ਤੁਹਾਡੀ ਪ੍ਰੈਸ ਰਿਲੀਜ਼ ਸੁਣ ਲਾਂਗੇ, ਕਹਿੰਦੇ ਮੈਂ ਸਸਤੀ ਕਰਨੀ ਹੈ, ਇਸ ਲਈ ਸਰਕਾਰ ਕਰੀ ਆ, ਤਦ ਤਾਂ ਬਿਜਲੀ ਮੰਤਰੀ ਦੀ ਆਫਰ ਹੋਈ, ਉਦੋਂ ਕਰਦੇ। ਪੰਜਾਬ ਕਾਂਗਰਸ ਵਿੱਚ ਛਿੜੇ ਅੰਦਰੂਨੀ ਕਲੇਸ਼ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਤਾਰ ਸੰਧਵਾ ਨੇ ਕਿਹਾ ਕਿ 4.5 ਸਾਲ ਕਾਂਗਰਸ ਨੇ ਸੂਬੇ ਵਿੱਚ ਕੋਈ ਵਿਕਾਸ ਨਹੀਂ ਕੀਤਾ। ਹੁਣ ਚੋਣਾਂ ਨੇੜੇ ਦੇਖ ਕੇ ਕੈਪਟਨ ਦੇ ਸਿਰ ਠੀਕਰਾ ਭੰਨਿਆ ਜਾ ਰਿਹਾ ਹੈ, ਪਰ ਸੂਬੇ ਦੇ ਲੋਕ ਇਹਨਾਂ ਨੂੰ ਬਰੀ ਨਹੀਂ ਕਰਨਗੇ। ਪੂਰੇ 4.5 ਸਾਲ ਪੰਜਾਬ ਦਾ ਬੱਚੇ ਦੀ ਨੁਮਾਇੰਦਗੀ ਕਰਦੀ ਵਿਰੋਧੀ ਧਿਰ ਆਮ ਆਦਮੀ ਪਾਰਟੀ ਆਪਦੇ ਇੱਕੋ ਹੀ ਮੰਗ ਤੇ ਰਹੀ ਹੈ ਕਿ ਕੈਪਟਨ ਅਮਰਿੰਦਰ ਸਿੰਘ, ਉਹਦੀ ਸਰਕਾਰ, ਉਹਦੇ MLA ਸਿਰਫ ਪੰਜਾਬ ਨੂੰ ਲੁੱਟਣ 'ਤੇ ਲੱਗੇ ਹੋਏ ਆ। ਨਾ ਇਹਨਾਂ ਨੇ ਚਿੱਟਾ ਬੰਦ ਕੀਤਾ, ਬੇਅਦਬੀ ਦੀ ਇਹਨਾਂ ਨੇ ਕੋਈ ਹੱਲ ਨਹੀਂ ਕੀਤਾ, ਸਿਰਫ ਅਤੇ ਸਿਰਫ ਰਾਜਨੀਤੀ ਕੀਤੀ ਹੈ। ਨੌਕਰੀਆਂ ਕਿਸੇ ਨੇ ਦਿੱਤੀਆਂ ਨਹੀਂ, ਤਨਖਾਹਾਂ ਸਗੋਂ ਘਟਾ ਦਿੱਤੀਆਂ। ਮੁਲਾਜ਼ਮਾਂ ਦਾ ਕੋਈ ਇਹਨਾਂ ਨੇ ਜਿਹੜਾ ਦੇਣਾ ਸੀ, ਏਰੀਅਰ ਦੇਣੇ ਸੀ, ਉਹ ਨਹੀਂ ਦਿੱਤੇ। ਦਫ਼ਤਰਾਂ ਦੇ ਵਿੱਚ ਜਿਹੜਾ ਕਰਪਸ਼ਨ ਉਸੇ ਤਰ੍ਹਾਂ, ਬਿਜਲੀ ਹੋਰ ਮਹਿੰਗੀ ਕਰਤੀ, ਪ੍ਰੋਡਕਸ਼ਨ ਬਿਜਲੀ ਦੀ ਘੱਟ ਗਈ, ਇਹਨਾਂ ਦੀ ਨਾ ਅਹਿਲੀਅਤ ਕਰਕੇ ਬਿਜਲੀ ਦੇ ਸਮਝੌਤੇ ਇਹਨਾਂ ਨੇ ਰੱਦ ਨਹੀਂ ਕੀਤੇ, ਕਰਪਸ਼ਨ ਦਾ ਸਾਰੇ ਪਾਸੇ ਬੋਲਬਾਲਾ। ਸੋ ਉਦੋਂ ਨਾ ਕੋਈ ਮੰਤਰੀ ਬੋਲਿਆ ਕਿਉਂਕਿ ਨਾਲ ਰਲੇ ਹੋਏ ਸੀ, ਨਾ MLA ਬੋਲਿਆ। ਅੱਜ ਜਦੋਂ ਇਹਨਾਂ ਨੂੰ ਅੱਗਾ ਦਿਸਦਾ ਹੈ ਵੀ ਸਾਨੂੰ ਲੋਕ ਪਿੰਡਾਂ 'ਚ ਨਹੀਂ ਵੜਨ ਦੇਣਗੇ, ਔਰ ਅਤੇ ਹੁਣ ਇਹ ਕਹਿਣ ਲੱਗ ਪਏ ਵੀ ਸਾਨੂੰ ਕੈਪਟਨ ਅਮਰਿੰਦਰ ਸਿੰਘ ਮਨਜ਼ੂਰ ਨਹੀਂ, ਉਹਨਾਂ ਦੀ ਕਾਰਗੁਜ਼ਾਰੀ ਠੀਕ ਨਹੀਂ, ਉਹਨਾਂ ਨੂੰ ਅਸਤੀਫਾ ਦਿਓ। ਅਸਤੀਫਾ ਮੰਗਣਾ ਤਾਂ ਉਸ ਦਿਨ ਮੰਗਦੇ ਜਿਸ ਦਿਨ ਪਿਓ ਪੁੱਤ ਨੇ ਇਹਨਾਂ ਦੇ ਕਰਜ਼ਾ ਮਾਫ਼ੀ ਦੇ ਲਾਰੇ ਤੋਂ ਤੰਗ ਆ ਕੇ ਇਹਨਾਂ ਦਾ ਮੁੱਖ ਮੰਤਰੀ ਸਾਹਿਬ ਦਾ ਨਾਂ ਲਿਖ ਕੇ ਖੁਦਕੁਸ਼ੀ ਕੀਤੀ, ਉਸ ਦਿਨ ਅਸਤੀਫਾ ਮੰਗਣਾ ਸੀ। ਸੋ ਇਹ ਸਿਰਫ ਅਤੇ ਸਿਰਫ ਆਪਣੀ ਕੁਰਸੀ ਦੀ ਲੜਾਈ, ਆਪਦੀ ਕੁਰਸੀ ਬਚਾਉਣ ਦੇ ਲਈ ਕੈਪਟਨ ਅਮਰਿੰਦਰ ਸਿੰਘ ਇਕੱਲੇ ਦੇ ਸਿਰ ਸਵਾਹ ਪਾ ਕੇ ਆਪ ਬਰੀ ਹੋਣਾ ਚਾਹੁੰਦੇ, ਲੇਕਿਨ ਪੰਜਾਬ ਦੇ ਲੋਕ ਇਹਨਾਂ ਨੂੰ, ਕਾਂਗਰਸ ਨੂੰ ਬਰੀ ਨਹੀਂ ਕਰਦੇ। ਇਸ ਨਾਲ ਹੀ ਅਗਲੀ ਖਬਰ ਵੱਲ ਵੱਧਦੇ ਹਾਂ। ਇਸੇ ਤਰ੍ਹਾਂ ਆਮ ਆਦਮੀ ਪਾਰਟੀ ਦੇ ਵਿਧਾਇਕ ਮੀਤਹੀਆ ਨੇ ਕਾਂਗਰਸੀ ਆਗੂਆਂ ਤੇ ਨਿਸ਼ਾਨੇ ਸਾਧੇ। ਉਹਨਾਂ ਨੇ ਕਿਹਾ ਕਿ ਜੇਕਰ ਕਾਂਗਰਸੀ ਆਗੂ ਸੂਬੇ ਨੂੰ ਲੈ ਕੇ ਇੰਨੇ ਗੰਭੀਰ ਹੁੰਦੇ ਤਾਂ 4 ਸਾਲ ਪਹਿਲਾਂ ਕੈਪਟਨ ਦੇ ਖਿਲਾਫ਼ ਮੀਟਿੰਗਾਂ ਕਿਉਂ ਨਹੀਂ ਕੀਤੀਆਂ। ਹੁਣ ਸਮਾਂ ਲੰਘ ਗਿਆ ਹੈ ਤਾਂ ਮੁੱਖ ਮੰਤਰੀ ਬਦਲਣ ਦੀ ਗੱਲ ਕੀਤੀ ਜਾ ਰਹੀ ਹੈ। ਉਹਨਾਂ ਨੇ ਕਿਹਾ ਕਿ ਇਹ ਸਿਰਫ਼ ਵੋਟਾਂ ਹਾਸਲ ਕਰਨ ਦੀ ਰਾਜਨੀਤੀ ਹੈ। ਰੋਜ਼ ਕਾਂਗਰਸੀ ਇਕੱਠੇ ਹੋ ਜਾਂਦੇ ਆ, ਕਦੇ ਅੱਜ ਸਿੱਧੂ ਧੜਾ ਇਕੱਠਾ ਹੋ ਗਿਆ, ਕਦੇ ਅੱਜ ਫਲਾਣਾ ਧੜਾ, ਕਦੇ ਕੈਪਟਨ ਧੜਾ। ਜੇ ਤੁਸੀਂ ਪੰਜਾਬ ਦੇ ਲੋਕਾਂ ਪ੍ਰਤੀ ਵਾਕਈ ਫਿਕਰਮੰਦ ਸੀ ਤਾਂ 4 ਸਾਲਾਂ ਤੋਂ ਇਕੱਠੇ ਹੁੰਦੇ, ਤੁਸੀਂ ਪ੍ਰੈਸ਼ਰ ਪਾਉਂਦੇ ਕੈਪਟਨ 'ਤੇ। ਅਸੀਂ ਉਦੋਂ ਤਾਂ ਜਦੋਂ ਅਸੀਂ ਵਿਧਾਨ ਸਭਾ 'ਚ ਕਹਿੰਦੇ ਸੀ ਵੀ ਭਾਈ ਕੋਈ ਵਾਅਦਾ ਨਹੀਂ ਪੂਰਾ ਹੋਇਆ, ਉਵੇਂ ਪੰਜਾਬ ਦੇ ਲੋਕ ਨੇ ਜਿਹੜੇ ਇਹ ਕਿਸਾਨ ਖੁਦਕੁਸ਼ੀਆਂ ਕਰ ਰਹੇ ਆ, ਨਸ਼ਾ ਉਵੇਂ ਚੱਲ ਰਿਹਾ, ਬੇਰੁਜ਼ਗਾਰ ਉਵੇਂ ਧਰਨਿਆਂ 'ਤੇ ਆ। ਉਹ ਤਾਂ ਤੁਸੀਂ ਕਹਿੰਦੇ ਸੀ ਨਾ ਨਾ ਸਾਡਾ ਬੱਬਰ ਸ਼ੇਰ ਸਾਰਾ ਕੁਛ ਕਰਦਾ, ਅਤੇ ਹੁਣ ਜਦੋਂ ਤੁਹਾਨੂੰ ਮੂਹਰੇ ਵੋਟਾਂ ਆਉਂਦੀਆਂ ਦਿਖਦੀਆਂ ਨੇ, ਹੁਣ ਤੁਸੀਂ ਬੜੀਆਂ ਮੀਟਿੰਗਾਂ ਕਰਦੇ ਹੋ, ਅਤੇ ਹੁਣ ਵੀ ਕੇਵਲ ਅਤੇ ਕੇਵਲ ਇਹ ਕੋਈ ਮੀਟਿੰਗਾਂ 'ਚੋਂ ਪੰਜਾਬ ਲਈ ਕੁਛ ਨਹੀਂ ਨਿਕਲਣਾ, ਕਿਸੇ ਨੌਜਵਾਨ ਨੂੰ ਨੌਕਰੀ ਨਹੀਂ ਮਿਲਣੀ, ਕੋਈ ਪੰਜਾਬ ਦਾ ਮੁੱਦਾ ਹੱਲ ਨਹੀਂ ਹੋਣਾ, ਕੇਵਲ ਅਤੇ ਕੇਵਲ ਹੁਣ ਵੀ ਜਿਹੜੀ ਮੀਟਿੰਗਾਂ ਹੋ ਰਹੀਆਂ ਨੇ ਉਹ ਕੇਵਲ ਅਤੇ ਕੇਵਲ ਆਪਦੀਆਂ ਕੁਰਸੀਆਂ ਖਾਤਰ ਹੋ ਰਹੀਆਂ, ਵੀ ਕਿਹੜੇ ਮੰਤਰੀ ਨੂੰ ਠੀਪੀ ਲਾਈ ਜਾਵੇ ਅਤੇ ਕਿਹੜੇ ਨੂੰ ਨਵਾਂ ਬਣਾਇਆ ਜਾਵੇ। ਸੋ ਸਾਰਾ ਕੁਛ ਪੰਜਾਬ ਦੇ ਲੋਕ ਜਾਣਦੇ ਆ ਕਿ ਪੰਜਾਬ ਨੂੰ ਇਹਦੇ ਵਿੱਚੋਂ ਕੁਛ ਨਹੀਂ ਮਿਲਦਾ। ਅਤੇ ਅਸੀਂ ਹੁਣ ਤੱਕ ਦੀਆਂ ਖਾਸ ਖਬਰਾਂ, ਵਧੇਰੇ ਜਾਣਕਾਰੀ ਲਈ ਜੁੜੇ ਰਹੋ ਦੈਨਿਕ ਸਵੇਰਾ ਦੇ ਨਾਲ।